ਸਵੇਰੇ ਹਮ ਸੋ ਉੱਠਤੇ ਹੈ 4 ਵਜੇ, ਫਿਰ ਕੇ ਆਪਾਂ ਬੱਚੇ ਨੂੰ ਜਗਾ ਕੇ ਚਾਹ ਨਾਸ਼ਤਾ ਪਿਆ ਦਿਆ, ਖਾਣਾ ਆਨਾ ਬਰਤਨ ਚੌਕਾ ਪਿਆ, ਤਾਂ ਕਿ ਆਦਮੀ ਕੋ ਭੇਜ ਦੇਤੇ ਹੈ ਕਾਮ ਪੇ, ਫਿਰ ਹਮ ਵੀ ਉਹ ਵੀ ਕਰਤੇ ਹੈ 10 ਵਜੇ। ਬਾਈ ਫਾਰੇ ਝਾੜੂ ਜਾਲਾਏ ਗਾਸ ਕੂਲਰ ਭਰਵਾ ਲਈ ਆਪਾਂ, ਫੁੱਲ ਪਹਿਲੇ ਲੋ ਵਾਈਫਰ ਝਾੜੂ ਇਹ ਸਭ ਵਿਕਤਾ ਚਿੱਲਾ ਦੇਤੇ ਹੈ, ਤਾਂ ਜਿਸ ਕੋ ਲੈਣਾ ਹੋਤਾ ਤੋ ਖੁਦ ਆਵਾਜ਼ ਮਾਰ ਦੇਤੇ ਹੈ, ਵਾਈਫਰ ਵਾਲੀ ਹੈ ਜੇ ਕੂਲਰ ਵਾਲੀ ਰੁਕੀਏ ਤੋ ਰੁਕ ਜਾਤੇ ਬਤਾ ਦੇਤੇ ਇਤਨੇ ਇਤਨੇ ਕਾ ਹੈ। ਇਹ ਹਮ ਕੂਲਰ ਗਾਸ ਕਾ ਪੂਰੀ ਗਰਮੀ ਕਰਤੇ ਹੈ, ਕਹੀਂ ਮਿਲਤਾ ਹੈ ਕਹੀਂ ਨਹੀਂ ਮਿਲਤਾ ਹੈ, ਇਸ ਕਾ ਤੋ ਕੋਈ ਹਮ ਕੋ ਸਹਾਰਾ ਹੀ ਨਹੀਂ ਹੈ। ਜਬ ਜ਼ਿਆਦਾ ਅਧਿਕ ਗਰਮੀ ਪੜਤੀ ਹੈ ਤਬ ਹਮ ਕੋ ਮਿਲ ਜਾਤਾ ਹੈ 2 ਕੂਲਰ ਰੋਜ਼ ਮਿਲ ਕਰ ਰੋਜ਼, ਔਰ ਨਹੀਂ ਤੋ ਐਸੇ ਰੋਤ ਮਾਓ ਚਲੀ ਜਾਓ ਟਹਿਲ ਟੁਹਲ ਕੇ, ਕਹੀਂ ਕੁਛ ਨਹੀਂ। ਔਰ ਗਾਮ ਮੇ ਤੋ ਚਾਹੇ ਜਿਤਨਾ ਹਮ ਲੋਗ ਪੂਰਾ ਦਿਨ ਚਿੱਲਾਏਂਗੇ, ਗਾਮ ਮੇ ਕੋਈ ਮੈਡਮ ਨਹੀਂ ਕਰਤੀ ਹੈ ਕਿ ਨਹੀਂ, ਚਾਹੇ ਜਿਤਨਾ ਹਮ ਲੋਗ ਚਿੱਲਾਏ ਤਾਂ ਚਾਹੀਂ ਗਾਮ ਦੇਖ ਕੇ ਛਾਈ ਬੜ ਜਾਤੇ ਹੈ। ਜਬ ਮੈਡਮ ਸ਼ਾਮ ਕੋ ਨਿਕਲੇਂਗੇ ਤਬ ਹਮ ਲੋਗ ਫਿਰ ਇੱਕ ਚੱਕਰ ਔਰ ਮਾਰ ਦੇਤੇ ਹੈ, ਆਵਾਜ਼ ਲਗਾ ਦੇਤੇ ਹੈ, ਤਬ ਸ਼ਾਮ ਚਾਹੇ ਜਾਣ 100-200 ਕਾ ਵਿਕ ਜਾਤਾ ਹੈ ਹਮਾਰਾ। ਨਹੀਂ ਕਰਨਾ ਬਾਈ ਫਾਰੇ ਜਾਲਾ ਝਾੜੂ ਏ ਗਾਸ ਕੂਲਰ ਵਾਲੇ, 8 ਕਿਲੋਮੀਟਰ 2 ਕਿਲੋਮੀਟਰ ਚਲਤੇ ਹੀ ਹੈ, ਇਤਨੀ ਗਰਮੀ ਹੋਤੀ ਹੈ, ਚਲੇਂਗੇ ਨਹੀਂ ਤੋ ਖਾਏਂਗੇ ਕਿਆ, ਔਰ ਫਿਰ ਹਮ ਲੋਗ ਕੇ ਲੀਏ ਇਤਨੀ ਗਰਮੀ ਹੋ ਰਹੀ ਹੈ, ਆਦਮੀ ਤੋ ਪਰੇ ਬੜੇ ਬੜੇ ਕੇ ਪਰੇ ਆਪਣੇ ਘਰ ਮਕਾਨੋ ਮੇ ਫ੍ਰਿਜ ਮੇ ਪੰਖੇ ਮੇ ਕੂਲਰ ਮੇ, ਔਰ ਹਮ ਲੋਗ ਕੋ ਦੇਖੀਏ ਛਾਈ ਵੀ ਨਹੀਂ ਦੇਖਤੇ ਨਾ ਗਾਮ ਦੇਖ ਰਹੇ, ਇਤਨੀ ਕਰੀ ਗਰਮੀ ਹੋ ਰਹੀ ਹੈ। ਨਿਕਲਣਾ ਰੋਜ਼ ਹਮ ਲੋਗ ਕੋ ਧੁੰਮ ਮੇ ਰਹਿਤਾ ਹੈ, ਧੂਪ ਹੀ ਤਾਂ ਹਮ ਲੋਗ ਕੋ ਮਾਰੇ ਡਾ ਰਹੀ ਹੈ। ਗਰਮੀ ਮੇ ਤਬੀਅਤ ਕਿਆ ਖਰਾਬ, ਹਮਾਰੀ ਵੀ ਹੋ ਜਾਤੀ ਹੈ, ਪੇੜ ਮੇ ਦਰਦ ਹੋਣੇ ਲਗਤੀ ਹੈ, ਬੁਖਾਰ ਜੂੜੀ ਆ ਜਾਤਾ। 8 ਦਿਨ ਪਹਿਲੇ ਹਮਾਰੀ ਤਬੀਅਤ ਖਰਾਬ ਹੋ ਗਈ ਥੀ, ਤਾਂ ਡਾਕਟਰ ਕੇ ਵਾਂ ਗਏ, ਉਧਾਰ ਦਵਾ ਲਾਏ ਹੈ, ਤਾਂ ਹਮਨੇ ਖਾਏ, ਅਬ ਥੋੜ੍ਹਾ ਬਹੁਤ ਆਰਾਮ ਮਿਲਾ ਹੈ, ਅਬ ਹਲਕੀ ਪਲਕੀ ਦਰਦ ਹੋ ਰਹੀ ਹੈ ਪੇੜ ਮੇ, ਜਬ ਪੈਸਾ ਨਹੀਂ ਹੈ ਤੋ ਕਹਾਂ ਸੇ ਲਾਏਂਗੇ ਦਵਾ, ਜਾਨ ਵੀ ਚਲੀ ਜਾਤੀ ਹੈ, ਬੈਠੇ ਬੈਠੇ ਕਹੋ ਲੁੜਕ ਜਾਏ, ਧੂਪ ਲੱਗ ਗਈ, ਪਾਣੀ ਨਹੀਂ ਪਾਏ, ਖਾਣਾ ਨਹੀਂ ਪਾਏ, ਕੁਝ ਨਹੀਂ ਪਾ ਰਹੇ, ਧੂਪ ਹੀ ਮੇ ਬੈਠੇ ਬੈਠੇ ਲੁੜਕੇ ਜਾ ਰਹੇ ਹੈ, ਤਾਂ ਇਸੀ ਮਾਰੇ ਬਚਾਓ ਮਾਰੇ ਹਮ ਲੋਗ ਛਾਂ ਮੇ ਬੜ ਜਾਤੇ ਹੈ ਤਨਿਕ ਦੇਰ, 1 ਘੰਟਾ 2 ਘੰਟਾ। ਜਬ ਪਿਆਸੇ ਹੋਤੇ ਹੈ ਤੋ ਕਿਸੀ ਕਾ ਦਰਵਾਜ਼ਾ ਖਟਾ ਦੇਤੇ, ਆਂਟੀ ਹੈ ਪਾਣੀ ਦੇ ਦਿਓ, ਪਿਆਸ ਲੱਗੀ ਹੈ, ਪਾਣੀ ਲੈ ਕੇ ਜਾ ਗਰਮ ਹੋ ਜਾਤਾ ਹੈ। ਜਿਸਕੋ ਦੁਕਾਨ ਉਕਾਨ ਦੇਖਾ ਤੋ ਭਈਆ ਠੇਲੇ ਵਾਲੇ ਜਰਾ ਖਿਲਾ ਦਵਾ, ਜਿਕਾ ਨਹੀਂ ਹਮਾਰਾ ਧੰਦਾ, ਭੁੱਖੇ ਹੈ ਬੱਚੇ ਹਮਾਰੇ, ਹਮ ਭੁੱਖੇ ਤੋ ਦੇ ਦੇਤੇ ਹੈ, ਬਹੁਤ ਮਾਰੇ ਡਾਰੇ ਗਰੀਬੋ ਕੋ ਇਹ ਗਰਮੀ ਕਿਆ ਕਰੇ, ਹਮਾਰੀ ਝੋਪੜੀ ਵੀ ਪਰੀ ਹੈ, ਪੰਨੀ ਖਾਲੀ ਪਰੀ ਹੈ, ਉਹ ਜਲਤੀ ਹੈ ਝੋਪੜੀ, ਹਮਾਰੇ 3-3 ਬੱਚੇ ਧੂਮ ਮੇ ਪਰੇਸ਼ਾਨ ਹੋ ਜਾਤੇ ਹੈ, ਹਮ ਵੀ ਜਾਤੇ ਯਹਾਂ ਸੇ ਤੋ ਸ਼ਾਮ ਕੋ ਲੋ ਨਿਕਲਤੀ ਹੈ ਮੜਈਨ ਸੇ, ਖੂਬ ਪਾਣੀ ਛਿਮਕੋ ਤਬ ਜਾ ਕੇ ਮੜਈਆ ਹਮਾਰੀ ਠੰਡਾਤੀ ਹੈ। ਹਮ ਸਭ ਗਰੀਬੋ ਕੋ ਕਹਾਂ ਦੇਂਗੇ ਮਕਾਨ ਕਾ ਲੋਨੀ, ਕੁਛ ਨਹੀਂ ਮਿਲੇਗਾ। ਖਾਸ ਕਿ ਹਮਨੇ ਕੀਤੀ ਹੋਈ 130 ਰੁਪਇਆ ਮਿਲਾ ਹੈ, ਔਰ ਕਿਆ ਮਿਲਾ, ਪੂਰਾ ਦਿਨ ਟਹਿਲਤੇ ਬੀਤ ਗਿਆ, 3 ਵਜ ਗਿਆ, ਅਭੀ ਕੋਈ ਧੰਦਾ ਹੀ ਨਹੀਂ ਲਗਾ, ਵਹੀ ਸੁਬਹੇ ਸੁਬਹੇ ਮਿਲ ਗਿਆ ਤਾਂ ਮਿਲ ਗਿਆ, ਨਹੀਂ ਪੂਰਾ ਦਿਨ ਐਸੇ ਟਹਿਲ ਲੇ, ਹਮ ਲੋਕ ਕੇ ਭਗਵਾਨ ਪਤਾ ਨਹੀਂ ਜੈਸੇ ਰੂਠੇ ਹੋਏ ਹੈ ਤੋ ਦੇਤੇ ਨਹੀਂ ਹੈ, ਪਹਿਲੇ ਫਿਰ ਸਹੀ ਮਿਲ ਜਾਤਾ ਥਾ 100-200, ਅਭੀ ਸਮੇਤ 130 ਮਿਲੇ ਤਾਂ ਮਿਲੇ ਕਿਆ, ਕੁਛ ਨਹੀਂ ਮਿਲਾ ਹਮ ਲੋਕ ਕੋ।